ਐਤਵਾਰ ਨੂੰ ਕਹਿਤਾ ਤੁਸੀਂ ਵੀ 4 ਦਿਨ ਹੋਰ ਖੜਜੋ, ਇਹ ਯੂਥ ਨਾਲ ਨੀ ਖੜਨਾ ਆਪਣੇ, ਇਹ ਜਿਹੜੇ ਹੁਣ ਖੜੇ ਨੇ ਆਪਣੇ ਨੌਜਵਾਨ ਇਹ ਨਾਲ ਨੀ ਆਪਣੇ ਲੱਗਣਾ, ਕੱਲੇ ਟਰਾਲੀਆਂ ਵਾਲੇ ਚਾਰ ਚਾਰ ਹੀ ਰਹਿ ਜਾਣਗੇ। ਮੇਰਾ ਕਹਿਣ ਦਾ ਮਤਲਬ ਇਹ ਹੈ ਮੈਂ ਕੱਲਾ ਕੋਈ ਯੂਟਿਊਬਰ ਨੀ ਹੈਗਾ, ਮੈਂ ਕਿਸਾਨ ਹੀ ਹਾਂ, ਕੋਈ ਮੈਂ ਉਹ ਮਾਲ ਫੜ ਕੇ ਦੇਖ ਲਾ ਕੋਈ ਐਡੀ ਗੱਲਬਾਤ ਨੀ ਹੈਗੀ। ਮੈਂ ਜਿਹੜੀ ਮੁੰਡੇ ਉੱਥੇ ਭੱਜ ਭੱਜ ਕੇ ਮੂਹਰੇ ਗੱਲ ਕਰਦੇ ਨੇ ਉਹੀ ਗੱਲ ਰੱਖੀ ਹੈ। ਮੈਂ ਉਹਨਾਂ ਨੂੰ ਸਮਝਾਇਆ ਵੀ ਹੈ ਵੀ ਆਪਣੇ ਲਈ ਕੋਈ ਸੰਦ ਸੰਦੇੜਾ ਹੈ ਨੀ, ਹਲੇ ਕਿਸਾਨਾਂ ਨੇ ਕੋਈ ਆਪਾਂ ਨੂੰ ਦਿੱਤਾ ਨੀ ਇਹੋ ਜਿਹਾ ਵੀ ਜਿਹਦੇ ਨਾਲ ਆਪਾਂ ਲੜ ਸਕਦੇ। ਭਾਈ ਜਦੋਂ ਛੋਟੇ ਸਾਹਿਬਜ਼ਾਦਿਆਂ ਨੇ ਸ਼ਹੀਦੀ ਦਿੱਤਾ ਸੀ ਨਾ, ਤਾਂ ਉਸ ਤੋਂ ਬਾਅਦ ਜਾ ਕੇ ਬੰਦਾ ਸਿੰਘ ਬਹਾਦਰ ਨੇ ਜਾ ਕੇ ਮੁਗਲਾਂ ਨੂੰ ਠੋਕਿਆ ਸੀਗਾ ਕਿ ਉਹ ਸ਼ਹੀਦਾਂ ਦਾ ਖੂਨ ਡੁੱਲਦਾ ਨਾ, ਉਦੋਂ ਹੀ ਕੌਮ ਜਿਹੜੀ ਪ੍ਰਤੀ ਚੇਤਨਾ ਹੁੰਦੀ ਆ ਫਿਰ ਹੀ ਉੱਠਦੀ ਹੈਗੀ ਆ। ਤੇ ਜਿੱਥੇ ਬਾਬਾ ਜੀ ਕਹਿੰਦੇ ਪਏ ਆ ਕਿ ਆਪਾਂ ਕਿਸੇ ਦੀਆਂ ਮੰਗੀਆਂ ਅਸੀਂ ਭੋਗ ਲੈਣਾ, ਆਪਣੀਆਂ ਚੁਨੀਆਂ ਦਾ ਇਹਨਾਂ ਨੂੰ ਬਚ ਨਹੀਂ ਹੈਗਾ ਕਿ ਆਪਾਂ ਮੁੱਲ ਉੱਥੇ ਜਾ ਕੇ ਆਪਣੀ ਖਰੀਦ ਸਕੀਏ, ਇੱਥੇ ਇੱਥੇ ਲੰਗਰ ਲਾਈ ਜਾਂਦੇ ਆਪਾਂ ਆਪਣੇ ਲੈ ਸਕਦੇ, ਆਪਾਂ ਪੈਸੇ ਇੱਥੇ ਖੜਨ ਜਿੰਨੇ ਮਰਜ਼ੀ ਪੈਸੇ ਇਕੱਠਾ ਕਰ ਲਓ। ਗੱਲ ਇਹ ਕਰਦੇ ਆ ਜੀ, ਦੇਖੋ ਵੀ ਜਿਵੇਂ ਹੁਣ ਕਿਸਾਨ ਜਥੇਬੰਦੀਆਂ ਉਰੇ ਲੈ ਕੇ ਆਈਆਂ ਨੇ, ਠੀਕ ਹੈ, ਨੌਜਵਾਨ ਪੂਰੇ ਖੜੇ ਨੇ 2 ਦਿਨ ਉਰੇ, ਇਹਨਾਂ ਦੀ ਝਪਟ ਵੀ ਹੋਈ ਹੈ, ਰਾਤ ਨੂੰ ਵੀ ਹੋਈ ਹੈ, ਦਿਨੇ ਵੀ ਹੋਈ ਹੈ, ਆਪਸ ਦੇ ਵਿੱਚ ਜ਼ਖਮੀ ਵੀ ਹੋਏ ਨੇ। ਜਿਹੜਾ ਮੁੰਡਾ ਜ਼ਖਮੀ ਹੋਇਆ ਉਰੇ ਮੇਰੇ ਨਾਲ ਹੀ ਫਿਰਦਾ ਤੇ ਉਹਦੀ ਸਾਰੀ ਬੱਖੀ ਸਾਂਗੀ ਪਈ ਆ, ਮਗਰ ਉਹਦੇ ਪੱਟੀਆਂ ਲੱਗੀਆਂ ਹੋਈਆਂ ਨੇ। ਕਿਸਾਨ ਜਥੇਬੰਦੀਆਂ ਨੂੰ ਇੱਕੋ ਹੀ ਬੇਨਤੀ ਕਰਦੇ ਆ ਵੀ ਤੁਸੀਂ ਐਤਵਾਰ ਦਾ ਟਾਈਮ ਦਿੱਤਾ, ਸੋਮਵਾਰ ਨੂੰ ਵੀ ਜਾਵਾਂਗੇ ਉਧਰ, ਵੀ ਇਹ ਤਾਂ ਗੱਲ ਮੇਨ ਹੈਗੀ ਹੈ ਵੀ ਉਹਨਾਂ ਦੇ ਕੋਈ ਉਰੇ ਸੰਦ ਸੰਦੇੜੇ ਵੀ ਹੋਣ ਚਾਰ, ਸਾਡੇ ਲਵੇ ਕੁਛ ਨੀ ਹੈਗਾ ਉਰੇ। ਬਾਬਾ ਜੀ ਮੰਨ ਲਓ ਇੱਥੇ ਆਪਣੇ ਕੋਲ ਕੋਈ JCB ਹੋਵੇ, ਕੋਈ ਪੋਕਰੇ ਹੋਵੇ, ਕੋਈ ਸਾਧਨ ਤਾਂ ਲਿਆ ਕੇ ਦਉਣਾ ਇੱਥੇ ਖੜੇ ਹੋਣ ਤੇ, ਉਹਦੇ ਜਾ ਕੇ ਆਪਾਂ ਡਾਂਗਣਾ ਲੜਨਾ ਹੈਗਾ, ਜਾਂ ਡਾਂਗਣਾ ਪੱਟਣਾ ਹੈਗੇ ਬੈਰੀਕੇਡ ਆਪਾਂ, ਜਿੱਦਾਂ ਸ਼ੰਭੂ ਬਾਰਡਰ ਵਾਲਿਆਂ ਨੇ ਉਹਦੇ ਖੜੀ ਖੜੀ ਕਰੀ ਬੈਠੇ ਆ ਕਿ ਨਹੀਂ ਉੱਥੇ ਉਹ। ਵੇਖੋ ਤੁਹਾਡੀ ਗੱਲ ਬਿਲਕੁਲ ਸੱਚੀ ਆ, ਰਾਤੀ ਜਿਹੜੀ ਮੁੰਡਿਆਂ ਨੇ ਨੌਜਵਾਨਾਂ ਪੋਕਲਾਂ ਲੈ ਆਂਦੀ ਸੀ, ਪਰ ਇੱਥੇ ਰਸਤੇ ਦੇ ਵਿੱਚ ਕੋਈ 2 ਸਾਥੀਆਂ ਦੀ ਸੀਗੀ, ਇੱਕ ਸਾਥੀ ਦਾ ਵਿੱਚੋਂ ਫੋਨ ਆ ਗਿਆ ਵੀ ਨਹੀਂ ਮੈਂ ਨੀ ਜਾਣ ਦੇਣੀ, ਉਹਨੂੰ ਇੱਥੋਂ ਵਾਪਸ ਆ ਕੇ ਮੁੜਨਾ ਪਿਆ। ਇਹ ਨਹੀਂ ਟਰਾਲੀਆਂ ਵੀ ਪ੍ਰਬੰਧ ਕਰੀ ਜਾਂਦੇ ਸਾਰਾ ਕੁਝ, ਪਰ ਆਪਾਂ ਇਹ ਗੱਲ ਆਗੂ ਵਾਲਾ ਕਰਾਂਗੇ ਵੀ ਭਰਾ ਉੱਥੇ ਲਿਆਓ ਸਮਾਨ, ਅੱਜ ਅਸੀਂ ਤੁਹਾਡੇ ਤੋਂ ਪਹਿਲਾਂ ਲੜਦੇ ਘੁਲਦੇ ਆਏ ਆ। ਵੇਖੋ ਇਹ ਗੱਲ ਨਹੀਂ ਆ ਵੀ ਜੇ ਸਾਨੂੰ ਇੰਨਾ ਵੀ ਮਾਣ ਆ ਜੇ ਤੁਸੀਂ ਐਂ ਕਹੋ ਨਾ ਵੀ ਪੋਕਲਾਂ ਨਾਲ ਟੁੱਟਣ ਵਾਲਾ, ਤੇ ਫਿਰ ਤੁਹਾਡੇ ਕੋਲ ਅਟਕ ਦਰਿਆ ਦਾ ਬੰਨ ਨਹੀਂ ਵੱਜਦਾ, ਉਹ ਤਨ ਬੋਰੀਆਂ ਨੀ ਹੈਗੀਆਂ, ਤੁਸੀਂ ਅਟਕ ਦਰਿਆ ਦਾ ਬੰਨ ਮਾਰ ਸਕਦੇ ਜੇ। ਆਹ ਜਿਹੜਾ ਬੈਰੀਕੇਡ ਆ ਮੈਂ ਤੇ ਕਹਿ ਰਿਹਾ ਜੇ ਸਰਕਾਰ ਕਰੇ ਵੀ MSP ਦੀ ਗਰੰਟੀ ਦਿੱਲੀ ਆ ਕੇ ਮਿਲਣੀ ਆ, ਉਹ ਦਿੱਲੀ ਤੇ ਤੁਹਾਨੂੰ ਦੇ ਦਿੰਦੇ ਆ, ਤੇ ਮੈਨੂੰ ਇੰਨਾ ਮਾਣ ਆ ਵੀ ਚਾਹੇ ਸਾਡੀਆਂ ਲਾਸ਼ਾਂ ਵਿਖ ਜਾਣ ਅਸੀਂ ਉਸ ਵੇਲੇ ਦਿੱਲੀ ਪਹੁੰਚਾਂਗੇ ਕਿਤਨਾ ਮਰਜ਼ੀ ਪਹੁੰਚੀਏ। ਗੱਲ ਉੱਥੇ ਨੀ ਮੁੱਕਣੀ, ਗੱਲ ਮੁੱਕਣੀ ਆ ਉਹ ਇਹ ਕਹਿੰਦੇ ਵੀ ਖਾਲਸਾ ਰਾਜ ਇਹੋ ਜਿਹਾ ਵੀ ਇਹ ਲੜ ਲੈਂਦੇ ਆ ਪਰ ਇਹ ਸਟੇਜ ਤੇ ਗੱਲ ਨੀ ਕਰ ਸਕਦੇ, ਜਿੱਥੋਂ ਮਾਰ ਖਾਂਦੇ ਆਪਾਂ ਇਹ ਗੱਲ ਨੀ ਖਵਾਉਣੀ ਯਾਰ ਕੀ, ਕਿਉਂਕਿ ਸਾਨੂੰ ਉਹ ਕਹਿੰਦੇ ਹਰ ਵਾਰੀ ਇਹ ਗੱਲ ਵੀ ਇਹ ਮੋਰਚੇ ਵੀ ਲਾਉਂਦੇ ਲੜ ਵੀ ਲੈਂਦੇ ਆ ਪਰ ਜਿੱਤ ਦੀ ਪ੍ਰਾਪਤੀ ਨੀ, ਆਪਾਂ ਇਹ ਕਹਿੰਦੇ ਵੀ ਸਰਕਾਰ ਭਜਾਉਣੀ ਆ, ਸਾਡੇ ਕੋਲ ਨੌਜਵਾਨ ਖਲੋਤਾ। ਭਾਈ ਜਦੋਂ ਛੋਟੇ ਸਾਹਿਬਜ਼ਾਦਿਆਂ ਨੇ ਸ਼ਹੀਦੀ ਦਿੱਤਾ ਸੀ ਨਾ, ਤਾਂ ਉਸ ਤੋਂ ਬਾਅਦ ਜਾ ਕੇ ਬੰਦਾ ਸਿੰਘ ਬਹਾਦਰ ਨੇ ਜਾ ਕੇ ਮੁਗਲਾਂ ਨੂੰ ਠੋਕਿਆ ਸੀਗਾ ਕਿ ਉਹ ਸ਼ਹੀਦਾਂ ਦਾ ਖੂਨ ਡੁੱਲਦਾ ਨਾ, ਉਦੋਂ ਹੀ ਕੌਮ ਜਿਹੜੀ ਪ੍ਰਤੀ ਚੇਤਨਾ ਹੁੰਦੀ ਆ ਫਿਰ ਹੀ ਉੱਠਦੀ ਹੈਗੀ ਆ। ਤੇ ਜਿੱਥੇ ਬਾਬਾ ਜੀ ਕਹਿੰਦੇ ਪਏ ਆ ਕਿ ਆਪਾਂ ਕਿਸੇ ਦੀਆਂ ਮੰਗੀਆਂ ਅਸੀਂ ਭੋਗ ਲੈਣਾ, ਆਪਣੀਆਂ ਚੁਨੀਆਂ ਦਾ ਇਹਨਾਂ ਨੂੰ ਬਚ ਨਹੀਂ ਹੈਗਾ ਕਿ ਆਪਾਂ ਮੁੱਲ ਉੱਥੇ ਜਾ ਕੇ ਆਪਣੀ ਖਰੀਦ ਸਕੀਏ, ਇੱਥੇ ਇੱਥੇ ਲੰਗਰ ਲਾਈ ਜਾਂਦੇ ਆਪਾਂ ਆਪਣੇ ਲੈ ਸਕਦੇ, ਆਪਾਂ ਪੈਸੇ ਇੱਥੇ ਖੜਨ ਜਿੰਨੇ ਮਰਜ਼ੀ ਪੈਸੇ ਇਕੱਠਾ ਕਰ ਲਓ। ਨੌਜਵਾਨ ਦਾ ਬਹੁਤ ਸੋਹਣਾ ਸਵਾਲ ਵਾ ਭਰਾਵੋ, ਮੈਨੂੰ ਐਂ ਲੱਗਦਾ ਵੀ ਸਾਡਾ ਵੀਰ ਜ਼ਿਆਦਾ ਜਿਹੜਾ ਜਜ਼ਬੇ ਦੇ ਵਿੱਚ ਵਾ, ਐਸਾ ਜਜ਼ਬਾ ਸਾਨੂੰ ਬਹੁਤ ਲੋੜ ਵਾ। ਪਰ ਮੇਰੀ ਸੁਣ ਲਓ ਇੱਕ ਬੇਨਤੀ, ਅਸੀਂ ਜੁਨੀਅਰ ਵਾਲੇ ਆ, ਅਸੀਂ ਆਪਣੇ ਪਿੰਡਾਂ 'ਚੋਂ ਆਏ ਹਾਂ ਕਿਉਂਕਿ ਛੋਟੇ ਕਿਸਾਨ ਆ, ਫੰਡ ਇਕੱਠਾ ਕਰਕੇ ਆਉਣੇ ਆ। ਕਈਆਂ ਪਿੰਡਾਂ 'ਚੋਂ ਅੰਮ੍ਰਿਤਸਰ ਆਏ, 6,000 ਦਾ ਫੰਡ ਇਕੱਠਾ ਹੋਇਆ ਤੇ 16,000 ਦਾ ਤੇਲ ਲੱਗ ਜਾਣਾ ਭਰਾਵੋ, ਇਹਦਾ ਕਿੱਥੋਂ ਪਾਵਲਾ ਲੈਣੀ। ਇਹ ਤੇ ਗੱਲ ਕਰਨ ਵਾਲੀ ਆ, ਆਪਾਂ ਇਹ ਗੱਲ ਕਹੀਏ ਵੀ ਸਾਡੇ ਜਿੰਨਾ ਕੋਈ ਹੈਗੀਆਂ ਨੌਜਵਾਨਾਂ ਕੋਲ ਲੈ ਆਉਂਦੇ ਆ, ਜੇ ਨੁਕਸਾਨ ਹੋਊਗਾ ਲੋਕਾਂ ਅੱਗੇ ਝੋਲੀ ਅੱਡ ਕੇ ਆਪਾਂ ਪੂਰਾ ਕਰ ਲਾਂਗੇ, ਆਪਾਂ ਇਹ ਗੱਲ ਕਰਕੇ ਕਰਦੇ। ਜੇ ਤੁਸੀਂ ਐਂ ਕਹੋ ਵੀ ਸਾਡੇ ਨਾਲ ਸਵਾਲ ਜਵਾਬ, ਫਿਰ ਸਾਨੂੰ ਐਂ ਕਹੋ ਤੁਸੀਂ ਅੰਮ੍ਰਿਤਸਰੋਂ ਲਿਆਓ ਤੇ ਮਾਰਦੇ ਆ ਕੋਸ਼ਿਸ਼ ਆਪਣੇ ਪਿੰਡਾਂ ਜਾ ਕੇ ਕਰਾਂਗੇ।
ਮੁੰਡਿਆਂ ਨੇ ਨੌਜਵਾਨਾਂ ਨੇ ਲਿਆਂਦੀ ਰਾਤੀ ਪੌਗਲੈਂਡ ਕਹਿਣ ਦਿਆ, ਇੱਕ ਸਾਥੀ ਲਿਆ ਦੂਜੇ ਦਾ ਫੋਨ ਆ ਗਿਆ ਵੀ ਨਹੀਂ, ਕਿਉਂਕਿ ਮੈਂ ਕੀ ਕਹਿਣ ਦਿਆ ਵਾਰ ਵਾਰ ਵੀ ਜਿਨ੍ਹਾਂ ਨੇ ਜਿਹੜੇ ਘੋੜੇ ਮੈਦਾਨੇ ਜੰਗ ਚ ਜਾਣੇ ਹੋਣ ਨਾ ਉਹ ਕਿਤੇ ਮੇਲਿਆਂ ਚ ਨੀ ਨੱਚਦੇ। ਉਹਨਾਂ ਨੇ 40 ਕੁਇੰਟਲ ਦਾ ਟਰੈਕਟਰ ਤਿਆਰ ਕੀਤਾ, ਜਥੇਬੰਦੀ ਨੇ ਨੀ ਕਰਕੇ ਦਿੱਤਾ। ਤੇ ਜੇ ਜਥੇਬੰਦੀ ਦੀ ਗੱਲ ਆ ਤੇ ਫਿਰ ਜਥੇਬੰਦੀਆਂ ਤੇ ਕਹਿੰਦੀਆਂ ਵੀ ਸ਼ਾਂਤੀ ਨਾਲ ਬਹੁਤ ਕਰਾਂਗੇ ਫਿਰ ਆਪੇ ਕਰਨਗੇ, ਆਪਾਂ ਉਹਨਾਂ ਦੀ ਅਗਵਾਈ ਕਬੂਲੀਏ ਜੇ ਆਪਾਂ ਅਗਵਾਈ ਕਹਿੰਦੇ ਆ ਵੀ ਨੌਜਵਾਨਾਂ ਦਾ। ਬਾਬਾ ਜੀ ਬੇਨਤੀ ਇਹ ਹੈ ਕਿ ਆਪਾਂ ਸਾਰੀ ਸੰਗਤ ਨੂੰ ਇਹ ਬੇਨਤੀ ਆ ਕਿ ਆਪਾਂ ਐਤਵਾਰ ਸ਼ਾਮ ਤੱਕ ਡਿੱਗਣਾ ਆ, ਜਥੇਬੰਦੀਆਂ ਦਾ ਕੀ ਫੈਸਲਾ ਤੇ ਸਰਕਾਰ ਦਾ ਕੀ ਫੈਸਲਾ, ਨਹੀਂ ਤੇ ਆਪਾਂ ਸੋਮਵਾਰ ਨੂੰ ਆਪਾਂ ਅੱਗੇ ਵਧਾਂਗੇ ਸਾਰੀ ਸੰਗਤ। ਬੋਲੋ ਤੁਹਾਡੇ ਨਾਲ ਇਹ ਗੱਲ ਜਿਹੜਾ ਨੌਜਵਾਨ ਦਾ ਮਨ ਵਾ, ਸਾਨੂੰ ਵੀ ਐਂ ਪਤਾ ਵਾ ਵੀ ਅੱਗੇ ਵਧ ਕੇ ਗੱਲ ਬਣਨੀ ਆ, ਇਹਨਾਂ ਕੋਲ ਅਸੀਂ ਵੀ ਆਪਾਂ ਆਪਣੇ ਘਰਾਂ ਦਾ ਕੰਮ ਖਰਾਬ ਕਰਕੇ ਗਾਲਾਂ ਖਾ ਕੇ ਆਉਣੇ ਆ, ਪਰ ਗੱਲ ਇਹ ਆ ਵੀ ਸਾਨੂੰ ਪਤਾ ਵਾ। ਪਰ ਸਾਡੇ ਵਾਰ ਵਾਰ ਇਹੋ ਗੱਲ ਕਹਿੰਦੇ ਆਪਾਂ ਜਿਉਂ ਇਹ ਦੇਸ਼ ਬਣਿਆ ਉਹਨਾਂ ਦੀ ਇੱਕੋ ਗੱਲ ਕਰੀ ਜਾਂਦੇ ਆ ਵੀ ਯਾਰ ਸਾਡੇ ਜਿਹੜੇ ਲੀਡਰ ਹੀ ਟੇਬਲ ਟਾਪ ਤੇ ਹਾਰ ਗਏ, ਨਹੀਂ ਤੇ ਸਾਡਾ ਵੀ ਕੋਈ ਨਾ ਕੋਈ ਹੱਲ ਹੋ ਜਾਣਾ ਸੀ। ਪਰ ਹੁਣ ਜਿਹੜਾ ਹੱਲ ਆਪਾਂ ਕਹਿੰਦੇ ਵੀ 2 ਦਿਨ ਦਾ ਕੋਈ ਗੱਲ ਨੀ, ਤਗੜੇ ਜੇ ਤੁਸੀਂ ਬੜੇ ਵਧੀਆ ਜੇ, ਤੁਹਾਡੇ ਤੋਂ ਬਗੈਰ ਗੱਲ ਵੀ ਨੀ ਬਣਨੀ ਇਹ ਵੀ ਸਾਨੂੰ ਪਤਾ ਵਾ। ਪਰ ਤੁਹਾਡੇ ਚਰਨਾਂ ਚ ਬੇਨਤੀ ਆ ਵੀ ਆਪਾਂ ਜਿਹੜਾ ਇਹ ਕੰਮ ਨਾ ਕਰੀਏ, ਕਿਉਂਕਿ ਬੜਾ ਵਧੀਆ ਜਿੰਨੀ ਤੁਸੀਂ ਡਿਊਟੀ ਨਿਭਾਈ ਤੁਸੀਂ ਨਿਭਾਈ, ਅਸੀਂ ਤੇ ਸਵੇਰ ਦੇ ਤੁਹਾਡੇ ਲਾਗੇ ਆਏ ਨੀ, ਅਸੀਂ ਤੇ ਤੁਹਾਡਾ ਧੰਨਵਾਦ ਹੀ ਕਰ ਸਕਦੇ ਆ। ਵੀਰ ਜਿਹੜਾ ਬੋਲ ਰਿਹਾ ਸੀ ਇਹਨੂੰ ਮੈਂ ਆਪ ਇੱਥੇ ਵੇਖਿਆ ਲੋਕਾਂ ਨੂੰ, ਕਹਿੰਦਾ ਵੀ ਉਹੀ ਅੱਗੇ ਆਓ ਜਿੰਨਾ ਅੱਗੇ ਜਾਣਾ ਨਹੀਂ ਤੇ ਜਾਓ ਟਰਾਲੀਆਂ 'ਚ। ਇਹਦਾ ਜਜ਼ਬਾ ਸੀਗਾ, ਅਸੀਂ ਇਹ ਗੱਲ ਵੇਖੀ ਆ ਵੀ ਭਰਾ ਤੁਹਾਡੇ 'ਚ ਕਿੱਦਾਂ ਜਜ਼ਬਾ। ਇੱਕ ਹੋਰ ਗੱਲ ਜੇ ਜਿਹੜੇ ਨੌਜਵਾਨ ਜੇ, ਮੈਨੂੰ ਇੰਨਾ ਵੀ ਪਤਾ ਵੀ ਵਿੱਚੋਂ ਕਈ ਸ਼ਹਿਰੀ ਤਬਕੇ ਦਵਾਏ ਜਿਹਨਾਂ ਕੋਲ ਮਰਲਾ ਮਰਲਾ ਜ਼ਮੀਨ ਵੀ ਨਹੀਂ ਆ, ਉਹਨਾਂ ਨੂੰ MSP ਨਾਲ ਵੀ ਕੋਈ ਮਤਲਬ ਨਹੀਂ ਆ, ਪਰ ਉਹਨਾਂ ਨੂੰ ਇਹ ਪਤਾ ਵੀ ਸਾਡੇ ਭਰਾਵਾਂ ਦੇ ਉੱਤੇ ਲਾਠੀਚਾਰਜ ਹੁੰਦਾ, ਇਹਨਾਂ ਦੇ ਗੋਲੇ ਮਾਰੇ, ਅਸੀਂ ਇਹਨਾਂ ਦੇ ਨਾਲ ਵਾ, ਅਸੀਂ ਇਹ ਕਹਿ ਜ਼ਮੀਰਾਂ ਵਾਲੇ ਆ ਜਿਹਨਾਂ ਦੇ, ਇਹ ਨਹੀਂ ਆ ਵੀ ਇਹਨਾਂ ਕਦੀ MSP 'ਚ ਲੈਣੀ ਆ। ਜਿਸ ਕੋਲ ਕਿਸੇ ਕੋਲ ਜ਼ਮੀਨ MSP ਦਾ ਭਾਅ ਦੇ ਉਹਨੂੰ ਸਵਾਮੀ ਨਾ ਪੈਂਦਾ, ਉਹਨੂੰ ਕਰਜ਼ਾ ਮੁਕਤੀ ਉਹਦੀ। ਇਹਦੇ ਸਾਡੇ ਨੌਜਵਾਨਾਂ ਦੇ ਚਰਨਾਂ ਸਿਰ ਝੁਕਦਾ ਸਾਡਾ, ਜਿਹੜੀ ਸਾਡੀ ਹਮਾਇਤ ਆ ਤੇ ਪਹੁੰਚਦੇ ਆਪਣੀ ਜਿਹੜੀ ਆ ਜ਼ਮੀਰ ਦੀ ਆਵਾਜ਼ ਸੁਣ ਕੇ, ਇਹ ਜ਼ਮੀਰਾਂ ਵਾਲੇ ਆ। ਹਾਂ ਮੈਂ ਇਹ ਕਹਿਣਾ ਚਾਹੁੰਦਾ ਜੀ, ਜਿਵੇਂ ਤੁਸੀਂ ਕਹਿ ਰਹੇ ਹੋ ਐਤਵਾਰ ਤੱਕ, ਫਿਰ ਉਡੀਕਿਆ ਗਿਆ ਵੀ ਜੇ ਐਤਵਾਰ ਨੂੰ ਕਹਿਤਾ ਤੁਸੀਂ ਵੀ 4 ਦਿਨ ਹੋਰ ਖੜਚੋ, ਇਹ ਯੂਥ ਨਾਲ ਨੀ ਖੜਨਾ ਆਪਣੇ, ਇਹ ਜਿਹੜੇ ਹੁਣ ਖੜੇ ਨੇ ਆਪਣੇ ਨੌਜਵਾਨ ਇਹ ਨਾਲ ਨੀ ਆਪਣੇ ਲੱਗਣਾ, ਇਕੱਲੇ ਟਰਾਲੀਆਂ ਵਾਲੇ 4-4 ਹੀ ਰਹਿ ਜਾਣਗੇ। ਮੇਰਾ ਕਹਿਣ ਦਾ ਮਤਲਬ ਇਹ ਹੈ ਮੈਂ ਇਕੱਲਾ ਕੋਈ ਯੂਥ ਉੱਭਰ ਨੀ ਹੈਗਾ, ਮੈਂ ਕਿਸਾਨ ਹੀ ਹਾਂ, ਕੋਈ ਮੈਂ ਉਹ ਮਾਲ ਫੜ ਕੇ ਦੇਖ ਲਾ ਕੋਈ ਐਡੀ ਗੱਲਬਾਤ ਨੀ ਹੈਗੀ। ਮੈਂ ਜਿਹੜੇ ਮੁੰਡੇ ਉੱਥੇ ਭੱਜ ਭੱਜ ਕੇ ਮੂਹਰੇ ਗੱਲ ਕਰਦੇ ਨੇ ਉਹੀ ਗੱਲ ਰੱਖੀ ਹੈ, ਮੈਂ ਉਹਨਾਂ ਨੂੰ ਸਮਝਾਇਆ ਵੀ ਹੈ ਵੀ ਆਪਣੇ ਲਈ ਕੋਈ ਸੰਦ ਸੰਦੇੜਾ ਹੈ ਨੀ, ਹਲੇ ਕਿਸਾਨਾਂ ਨੇ ਕੋਈ ਆਪਾਂ ਨੂੰ ਦਿੱਤਾ ਨੀ ਇਹੋ ਜਿਹਾ ਵੀ ਜਿਹਦੇ ਨਾਲ ਆਪਾਂ ਲੜ ਸਕੀਏ। ਜਿਹੜੀਆਂ ਗੱਲਾਂ ਭਰਾਵੋ ਤੁਸੀਂ ਕੀਤੀਆਂ ਸੀ ਬਾਪੂ ਸਰਸੇ ਨੂੰ ਤੁਹਾਡੇ ਤੋਂ ਪਹਿਲਾਂ ਸਵੇਰੇ ਘੇਰ ਕੇ ਪਾਉਣਾ ਘੰਟਾ ਕੀਤੀਆਂ ਸੀ, ਆਹ ਸਾਡੇ ਜਿਹੜੇ ਨਾਲ ਪਿੰਡਾਂ 'ਚ ਨੌਜਵਾਨ ਆ ਇਹ ਤੁਹਾਡੇ ਵੀ ਬਲਦੇ ਕਾਲੇ ਆ, ਆਹ ਜਿਹੜਾ ਉੱਧਰ ਅੰਮ੍ਰਿਤਸਰ ਵਾਲਿਆਂ ਟਰੈਕਟਰ ਭੰਨਿਆ ਉਹ ਸਾਡੇ ਨੌਜਵਾਨਾਂ ਨੇ ਭੰਨਿਆ, ਮੁੜ ਮੁੜ ਬਾਸੀਆਂ ਲੈ ਲਿਆ ਆਉਂਦਾ, ਉਹਨੂੰ ਪਤਾ ਨਹੀਂ ਕਿਤਨਾ ਰੋਕਦੇ ਆ। ਪਰ ਜਦੋਂ ਗੱਲ ਪ੍ਰਧਾਨ ਜੀ ਦੀ ਆ ਜਾਂਦੀ ਫਿਰ ਸਾਨੂੰ ਵੀ ਸੋਚਣਾ ਪੈਂਦਾ ਵੀ 40 ਸਾਲਾਂ ਦੇ ਉਹਨਾਂ ਦੀ ਉਮਰ ਦਾ ਜਿਹੜਾ ਤਜਰਬਾ ਕਿਹਦੇ, ਉਹਨਾਂ ਨੂੰ ਆਹ ਵੇਖੋ ਅਜੇ ਵੀ ਝੰਡਾ ਫੜ ਕੇ ਅੱਗੇ ਖਲੋਤਾ ਵਿੱਚੋਂ ਦੀ, ਸਾਨੂੰ ਤੇ ਉਹੀ ਨੀ ਖਲੋਣ ਦਿੰਦਾ, ਮਿੰਟ ਕੁ ਬਾਅਦ ਟਰਾਲੀ 'ਚ ਹੁੰਚਾ ਮਾਰਦਾ ਵੀ ਤੁਰਨ ਵਾਸਤੇ ਆਏ ਕਿ ਬਹਿਣ ਵਾਸਤੇ ਆਏ, ਤੁਰਨ ਵਾਸਤੇ ਪਤਾ ਨੀ ਇਸ ਤਰ੍ਹਾਂ। ਪਰ ਨਹੀਂ ਤੁਹਾਡੇ ਭਰਾ ਧੰਨਵਾਦ, ਇਹ ਕਬੀਰ ਦਾ ਧੰਨਵਾਦ, ਕਿਉਂਕਿ ਤੁਹਾਡੇ ਜਜ਼ਬੇ ਨੇ ਸਾਨੂੰ ਗਾਂਹ ਖੜਨਾ ਇਹ ਸਾਨੂੰ ਵੀ ਪਤਾ, ਕਿਉਂਕਿ ਅੱਜ ਤੱਕ ਜਦੋਂ ਵੀ ਕਿਤੇ ਵੇਖਿਆ ਅਸੀਂ ਕਦੀ ਨੀ ਇਹ ਗੱਲ ਵੇਖੀ ਵੀ ਇਕੱਲੀ ਹੋਸ਼ ਦੇ ਨਾਲ ਜੋਸ਼ ਦੇ ਨਾਲ ਹੀ ਜੰਗਾਂ ਜਿੱਤੀਆਂ ਗਈਆਂ ਵਾ, ਪਰ ਨਾਲ ਬਜ਼ੁਰਗਾਂ ਦਾ ਧਿਆਨ ਰੱਖਣਾ ਪੈਂਦਾ। ਨਵਾਬ ਕਪੂਰ ਸਿੰਘ ਨੂੰ ਵੇਖਿਆ ਜਾਵੇ ਤੇ ਇਹੋ ਗੱਲ ਕਹਿੰਦਾ ਹੁੰਦਾ ਵੀ ਤੁਹਾਡੀ ਅਗਵਾਈ ਹੋ ਜੇ ਤੇ ਸਾਡਾ ਜਿਹੜਾ ਜਜ਼ਬਾ ਹੋ ਜੇ ਫਿਰ ਸਾਨੂੰ ਰੋਕ ਕੇ ਵਿਖਾਵੇ ਕੋਈ, ਇਹ ਤੁਹਾਡੀ ਡਿਊਟੀ ਆ ਕੇ ਕਬੀਰ ਜੀ ਪ੍ਰਗਟ ਸਿੰਘ ਤੁਸੀਂ ਸੰਭਾਲਣਾ ਸਾਰਿਆਂ ਨੂੰ ਵੀ ਹੱਥ ਜੋੜ ਲਓ ਵੀ ਭਰਾਓ ਆ ਜਾਓ, ਕੋਈ ਗੱਲ ਨੀ, ਚਲੋ ਚਲੋ ਆ ਜਾਓ।